ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗ ਸਿੱਖਾਂ ਵੱਲੋਂ ਪੰਜਾਬ ਪੁਲਿਸ ਦੇ ਨਾਲ ਝਗੜਾ ਹੁੰਦਾ ਵੈ ਔਰ ਉਸ ਝਗੜੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਜਾਂਦਾ ਵੈ ਔਰ ਇਸ ਚੀਜ਼ ਨੂੰ ਲੈ ਕੇ ਸਾਡੇ ਨਾਲ ਮੌਜੂਦ ਹੈਗੇ ਨੇ ਰਿਟਾਇਰਡ ਪੁਲਿਸ ਅਧਿਕਾਰੀ ਸतीश ਮਲੋਤਰਾ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਪੁਲਿਸ ਦੇ ਵਿੱਚ ਬਿਤਾਇਆ ਵੈ ਔਰ ਇਸ ਸਿਚੁਏਸ਼ਨ ਨੂੰ ਕਿਸ ਤਿਕਾਣਾ ਹੈਂਡਲ ਕੀਤਾ ਜਾ ਸਕਦਾ ਹੈ ਇਸ ਦੇ ਜਨਰਲ ਸਟੇਜ ਨਾਲ ਗੱਲ ਕਰਾਂਗੇ ਸਰ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਕਰਨਾ ਕੀ ਚਾਹੀਦਾ ਵਾ ਅਮੂਮਨ ਕਿਉਂਕਿ ਜਦੋਂ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਤੇ ਯਾਤਰ ਦੇਖਿਆ ਜਾਂਦਾ ਵਾ ਕਿ ਵਾਇਲੈਂਸ ਬਹੁਤ ਜ਼ਿਆਦਾ ਹੋ ਜਾਂਦਾ ਵਾ ਲੜਾਈ ਝਗੜਾ ਵੜਿਆ ਇੱਕ ਹਾਈਪ ਤੇ ਪਹੁੰਚ ਜਾਂਦਾ ਵਾ ਇਸ ਤੱਕ ਕਿ ਗੋਲੀਆਂ ਚੱਲਣੇ ਸ਼ੁਰੂ ਹੋ ਜਾਂਦੀ ਜਿਦਾ ਕਿ ਬੀਤੇ ਦਿਨ ਇਸ ਮਾਮਲੇ 'ਚ ਵੀ ਹੋਇਆ ਇਸ ਮਾਮਲੇ ਨੂੰ ਕਿੱਦਾਂ ਸੁਲਝਾਇਆ ਜਾ ਸਕਦਾ ਸੀ ਦੇਖੋ ਰੋਜ ਜੀ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂ ਵੀ ਕੀ ਕਰਨਾ ਚਾਹੀਦਾ ਬਹੁਤ ਵੱਡੀ ਮੰਦ ਭਾਗੀ ਇਹ ਘਟਨਾ ਜਿਹੜੀ ਵਾਪਰੀ ਹੈ ਔਰ ਇੱਕ ਜਵਾਨ ਦਾ ਚਲੇ ਜਾਣਾ ਉਹ ਉਹਦੇ ਸਾਥੀਆਂ ਨਾਲ ਜੱਗਮੀ ਹੋ ਜਾਣਾ ਉਸ ਪਰਿਵਾਰ ਨੂੰ ਹੁਣ ਪਤਾ ਵੀ ਉਹ ਕੀ ਬੱਪ ਰਿਹਾ ਸੋਸੀ ਸਾਰੇ ਇਸ ਗੱਲੋਂ ਦੁਖੀ ਆ ਉਸ ਜਵਾਨ ਦੀ ਮੌਤ ਤੋਂ ਉਹਦੀ ਸ਼ਹਾਦਤ ਤੋਂ ਜੋਨੇ ਸ਼ਹੀਦੀ ਦਿੱਤੀ ਹੈ ਉਹਦੇ ਤੋਂ ਅਸੀਂ ਸਾਰੇ ਉਹਦਾ ਮਾਣ ਹੈ ਵੀ ਉਹਨੇ ਪੰਜਾਬ ਦੀ ਜਿਹੜੀ ਉਹਦੇ ਲਈ ਕੀਤਾ ਪਟਕੇ ਤੇ ਨਾ ਕਿਤੇ ਅਸੀਂ ਸਾਰੇ ਦੁਖੀ ਆ ਵੀ ਅਣਾਈ ਜਿਹੜੀ ਹੈ ਉਹਦੀ ਜਿਹੜੀ ਸ਼ਾਸਤਤ ਕਹੀ ਹੈ ਜਿਹੜੀ ਤੇ ਬਚਾਈ ਜਾ ਸਕਦੇ ਸੀ ਹੁਣ ਤੁਸੀਂ ਪੁੱਛਿਆ ਵੀ ਪੁਲਿਸ ਨੂੰ ਕੀ ਕਰਨਾ ਚਾਹੀਦਾ ਤਿੰਨ ਚੀਜ਼ਾਂ ਨੇ ਪੁਲਿਸ ਨੂੰ ਇਹ ਜੀ ਸਥਿਤੀ ਜੇ ਐਦਾਂ ਦੀ ਸਥਿਤੀ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਤਿੰਨ ਸਿਚੁਏਸ਼ਨ ਨੇ ਪੁਲਿਸ ਨੂੰ ਕਰਨਾ ਫਸਟ ਐਂਟੀਸਿਪੇਸ਼ਨ ਪੁਲਿਸ ਨੂੰ ਐਂਟੀਸਿਪੇਸ਼ਨ ਕਰਨਾ ਚਾਹੀਦਾ ਹੈ ਸਰਕਾਰ ਨੂੰ ਐਂਟੀਸਿਪੇਸ਼ਨ ਕਰਨਾ ਚਾਹੀਦਾ ਵੀ ਕਿੱਦਾਂ ਦੇ ਹਾਲਾਤ ਪੈਦਾ ਹੋ ਸਕਦੇ ਨੇ ਕੀ ਬਣ ਸਕਦਾ ਸਾਨੂੰ ਕੀ ਯੂਜ਼ ਕਰਨਾ ਚਾਹੀਦਾ ਕੀ ਤਰੀਕਾ ਯੂਜ਼ ਕਰਨਾ ਚਾਹੀਦਾ ਇਹ ਚੀਜ਼ਾਂ ਨੂੰ ਸੋਚਣ ਲਈ ਐਂਟੀਸਿਪੇਸ਼ਨ ਬੜਾ ਜ਼ਰੂਰੀ ਹੈ ਉਸ ਤੋਂ ਬਾਅਦ ਫਾਲੋ ਅਪ ਹੈ ਫਾਲੋ ਅਪ ਅਥੀ ਉਸ ਗੱਲ ਨੂੰ ਕਹਿੰਦੇ ਆ ਵੀ ਜੇ ਅਗਰ ਕੋਈ ਸਾਨੂੰ ਪਤਾ ਲੱਗਦਾ ਵੀ ਫਲਾਣਾ ਬੰਦਾ ਇਦਾਂ ਕਰੇਗਾ ਤੂੰ ਜਾਂ ਦੂਜੇ ਤੁਹਾਡੇ ਬੰਦੀ ਇਦਾਂ ਕਰੇਗੀ ਉਹ ਇਦਾਂ ਕਰੇਗਾ ਤਾਂ ਜਿਹੜੀ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਉਹਨੂੰ ਉਹਦੇ ਲਈ ਫਾਲੋ ਅਪ ਕਰਨਾ ਚਾਹੀਦਾ ਐਕਸ਼ਨ ਤਾਂ ਜਿਹੜਾ ਹੈ ਬਹੁਤ ਬਾਧੀ ਜਿਹੜੀ ਗੱਲ ਹੈ ਬਹੁਤ ਬਾਧੀ ਸਿਚੁਏਸ਼ਨ ਹੈ ਜਿਹੜੀ ਐਕਸ਼ਨ ਹੋਣ ਵਾਲੇ ਹੁਣ ਹੈ ਕਿ ਇੱਥੇ ਦੀ ਸਿਚੁਏਸ਼ਨ ਜਿਹੜੀ ਆ ਦੇਖੋ ਪਹਿਲੀ ਗੱਲ ਤਾਂ ਵੀ ਪੁਲਿਸ ਨੇ ਦੇਚ ਤੋਂ ਤਾਂ ਕੁਝ ਲੈਣਾ ਤੇੜਾ ਨਹੀਂ ਸੀ ਦੋ ਧਿਰਾਂ ਦੀ ਲੜਾਈ ਸੀ ਦੋ ਧਿਰਾਂ ਦੀ ਲੜਾਈ ਦੇ ਵਿੱਚ ਪੁਲਿਸ ਦਾ ਨੁਕਸਾਨ ਹੋ ਗਿਆ ਸੋ ਮੇਰਾ ਸਿਰਫ ਸਵਾਲ ਇਹ ਹੈ ਵੀ ਜਦੋਂ ਪਤਾ ਸੀ ਕਈ ਦਿਨਾਂ ਤੋਂ ਇਹ ਗੱਲਬਾਤ ਚੱਲ ਰਹੀ ਸੀ ਕਬਜ਼ੇ ਨੂੰ ਲੈ ਕੇ ਇਹ ਰੌਲਾ ਚੱਲ ਰਿਹਾ ਸੀ ਤਾਂ ਮੇਰਾ ਇੱਕ ਸਵਾਲ ਹੈ ਵੀ ਉਸ ਇਲਾਕੇ ਦਾ ਐਮ.ਐਲ.ਏ. ਵੈਸੇ ਤਾਂ ਤੁਸੀਂ ਹਰ ਜਗ੍ਹਾ ਕਰਦੇ ਹੋ ਪਹੁੰਚਦੇ ਹੋ ਵੇਰ ਵਾਸਹੀ ਵੇਰ ਵਾਸ ਦਾ ਮਨਿਸਟਰ ਕਨਸਰਟ ਉਸ ਜ਼ਿਲ੍ਹੇ ਦਾ ਮਨਿਸਟਰ ਕਿੱਥੇ ਸੀ ਡੀਸੀ ਕਿੱਥੇ ਸੀ ਐਸ ਡੀ ਐਮ ਕਿੱਥੇ ਸੀ ਉਹਨਾਂ ਨੇ ਐਫਰਟਸ ਕੀਤੀਆਂ ਬਟ ਕਈ ਵਾਰੀ ਇਹ ਜਿਹੜੇ ਪ੍ਰਸ਼ਾਸਨਿਕ ਨੇ ਨਾ ਇਹ ਜਿਆਦਾ ਪੁਲਿਸ ਦੇ ਉੱਤੇ ਛੱਡ ਦਿੰਦੇ ਵੀ ਆਪੇ ਚੰਨ ਪੁਲਿਸ ਸੰਭਲੋ ਜੀ ਇਹ ਫਲਾਣਾ ਸੰਭਲੋ ਜੀ ਇਹ ਡੀਜੀਪੀ ਸੰਭਲ ਤੁਸੀਂ ਕਿਸ ਮਕਸਦ ਦੀਤੋ ਆ ਤੁਸੀਂ ਕਿਹੜੇ ਮਰਜ਼ੀ ਤੋਂ ਆਇਆ ਤੁਹਾਡੇ ਕਹ ਤੁਹਾਡੇ ਕਹਿਣ ਦਾ ਮਤਲਬ ਕਿ ਕਿਤਨੇ ਕਿਤੇ ਕਿ ਇਸ ਮਾਹੌਲ ਨੂੰ ਜਾਂ ਇਸ ਸਿਚੁਏਸ਼ਨ ਨੂੰ ਸੰਭਾਲਣ ਵਾਸਤੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੱਗੇ ਆਉਣਾ ਚਾਹੀਦਾ ਨਾ ਕਿ ਪੁਲਿਸ ਨੂੰ ਨਾ ਉਹਨਾਂ ਨੂੰ ਚਾਹੀਦਾ ਸੀ ਵੀ ਡੀਸੀ ਸਾਹਿਬ ਸੀ ਜਦੇ ਉਹ ਸੀਐਮ ਸਾਹਿਬ ਨਾਲ ਗੱਲ ਕਰਦੇ ਵੀ ਹਾਲਾਤ ਨਹੀਂ ਕਾਬੂਚਾਰੇ ਵੀ ਜਦ ਤੁਸੀਂ ਕਹੋ ਤਾਂ ਮੈਂ ਤੁਹਾਡੇ ਕੋਲ ਲੈ ਕੇ ਆ ਜਮਾ ਉੱਥੇ ਆਪੇ ਉਹਨਾਂ ਨੂੰ ਦੋਨਾਂ ਤਿਹਰਾ ਦੇ ਪੰਜ-ਪੰਜ ਬੰਦੇ ਉੱਥੇ ਲੈ ਜਾਂਦੇ ਪਟਾਕੇ ਗੱਲ ਹੋ ਜਾਂਦੀ ਕੰਮ ਨਿਭੜ ਜਾਣਾ ਸੀ ਇੰਨਾਂ ਗੱਲਾਂ ਨੂੰ ਤਾਂ ਮਾਹਰ ਨੇ ਸੀ ਅਮ ਸਾਹਿਬ ਕਿਸੇ ਨਾਲ ਜਾ ਕੇ ਨਿਬੇੜਨ ਲਈ ਜਾਂ ਗੱਲਬਾਤ ਕਰਨ ਲਈ ਉੱਥੇ ਲੈ ਜਾਂਦੇ ਇਹ ਜਿੱਡੀਆਂ ਨੂੰ ਹੋਣੀ ਘੱਟਣਾ ਸੀ ਤਾਂ ਇਹ ਬਾਪਰੋਂ ਤੋਂ ਬਚ ਸਕਦੀ ਸੀ ਸਰ ਪਰ ਜੇਕਰ ਗੱਲ ਕੀਤੀ ਜਾਵੇ ਤੇ ਜਦੋਂ ਝਗੜਾ ਹੁੰਦਾ ਵਾ ਯਾਰ ਕਿਸੇ ਜ਼ਮੀਨ ਦੇ ਕਬਜ਼ੇ ਦੀ ਗੱਲ ਹੁੰਦੀ ਤਾਂ ਉਸ ਉਹ ਮਾਮਲੇ ਉਮੂਮਨ ਪੁਲਿਸ ਕੋਲ ਹੀ ਪਹੁੰਚਦੇ ਸਰ ਪੁਲਿਸ ਤਾਂ ਵੀ ਇਨਵੋਲਵ ਹੋਉਂਦੀ ਹੁੰਦੀ ਹੈ ਫਿਰ ਪੁਲਿਸ ਨੂੰ ਤਾਂ ਪੈਂਦੇ ਸੱਟੇ ਹੀ ਇਨਵੋਲਵ ਹੋਣਾ ਪੈਂਦਾ ਨਾ ਸਰ ਇਹ ਹੁੰਦਾ ਜਦੋਂ ਅਚਨਚੇਤ ਕੋਈ ਕਬਜ਼ਾ ਕਰਨ ਆ ਗਿਆ ਕੋਈ ਝਗੜਾ ਇਹ ਤਾਂ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ ਇਹਦੇ ਲਈ ਤਾਂ ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਸੀ ਇਸ ਗੱਲ ਨੂੰ ਟਾਲਿਆ ਜਾ ਸਕਦਾ ਸੀ ਟਾਲਣ ਨਹੀਂ ਜਦ ਤੁਸੀਂ ਸਿੰਘ ਸਾਹਿਬ ਨੂੰ ਤੁਸੀਂ ਅਪਰੋਚ ਕਰ ਲੈਂਦੇ ਲਓ ਜੀ ਤੁਸੀਂ ਇਹਦੇ ਚ ਕਿਉਂਕਿ ਸਾਰੀ ਸਿੱਖ ਕਮਿਊਨਿਟੀ ਜੇ ਨਹੀਂ ਹੈ ਸਿੰਘ ਸਾਹਿਬ ਸਰਵੋੱਚ ਨੇ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਵੀ ਲਓ ਜੀ ਆ ਝਗੜਾ ਜੀ ਤੁਸੀਂ ਇਹਨਾਂ ਨੂੰ ਉਹ ਦੋਨਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਲੈਂਦੇ ਠੀਕ ਨਹੀਂ ਉੱਥੇ ਜਾ ਕੇ ਕਰ ਲੈਂਦੇ ਸੋ ਕਿਤੇ ਨਾ ਕਿਤੇ ਇਹ ਗੱਲ ਟਾਲੀ ਜਾ ਸਕਦੀ ਸੀ ਪਰ ਨਾ ਸਮਝੀ ਕਰਕੇ ਜਿਹੜੀ ਇਹ ਗੱਲ ਜਿਹੜੀ ਆ ਇਹ ਕਟੜਾ ਵਾਪਰੀ ਆ ਦੂਜੀ ਜਿਹੜੀ ਮੈਂ ਗੱਲ ਕਰਨਾ ਜਿਹੜੀ ਨਿਹੰਗ ਸਿੰਘਾਂ ਦੀ ਦੇਖੋ ਨਿਹੰਗ ਸਿੰਘ ਜਿਹੜੇ ਨੇ ਅੱਜ ਵੀ ਆਪਣੇ ਆਪ ਨੂੰ ਉਸ ਫੌਜ ਦੇ ਵਿੱਚ ਸਮੇਂ ਦੇ ਅ ਵੀ ਅਸੀਂ ਉਹ ਫੌਜਾਂ નો ਡਾਊਟ ਇਹ ਫੌਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ ਉਸ ਜ਼ਾਲਮ ਔਰੰਗਜ਼ੇਬ ਦੇ ਖਿਲਾਫ ਉਹਦੇ ਜ਼ੁਲਮ ਦੇ ਖਿਲਾਫ ਉਹਨੇ ਇੱਕ ਫੌਜ ਖੜੀ ਕੀਤੀ ਸੀ ਔਰ ਉਦੋਂ ਇਹ ਉਹ ਫੌਜ ਸੀ ਜਿਹਨੂੰ ਹਰ ਵਿਅਕਤੀ ਆਪਣਾ ਖੁਸ਼ਕਿਸਮਤ ਸਮਝਦਾ ਸੀ ਵੀ ਜੇਕਰ ਉਹ ਜਿਸ ਦੇ ਘਰੋਂ ਚਲੇ ਜਾਂਦੇ ਤਾਂ ਉਹ ਮਜ਼ਲੂਮਾਂ ਦੀ ਗਰੀਬਾਂ ਦੀ ਰਾਖੀ ਲਈ ਸੀ ਪਰਾ ਦੇ ਕਿਤਨਾ ਕਿਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਮੈਂ ਤਾਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਹੂੰਗਾ ਵੀ ਅੱਜ ਕਿਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਅੱਜ ਜ਼ਰੂਰ ਸੋਚਦੇ ਹੋਣਗੇ ਵੀ ਮੇਰੇ ਉਹ ਬੱਚੇ ਜਿਹੜੇ ਮੇਰੇ ਉਹ ਸਿੰਘ ਜਿਹਨਾਂ ਨੂੰ ਮੈਂ ਐਸਾ ਫੌਜ ਸਾਜੀ ਸੀ ਐਸਾ ਚਿੜੀਆਂ 'ਚੋਂ ਸੇ ਮੈਂ ਬਾਜ ਟੜਾऊं ਹੈ ਸੋ ਐਸੀ ਉਹਨਾਂ ਨੇ ਇਹ ਫੌਜ ਸਾਜੀ ਸੀ ਵੀ ਜਿਹੜੀ ਗਰੀਬਾਂ ਲਈ ਮਜ਼ਲੂਮਾਂ ਦੇ ਹੱਕਾਂ ਲਈ ਲੜਦੀ ਸੀ ਅੱਜ ਉਹ ਕਿਹੜੇ ਕੰਮਾਂ 'ਚ ਲੜ ਰਹੀ ਹੈ ਅੱਜ ਗੁਰਦੁਆਰਾ ਸਾਹਿਬਾਂ ਦੇ ਕਬਜ਼ਿਆਂ ਦੇ ਲਈ ਲੜ ਰਹੀ ਹੈ ਅੱਜ ਆਪਸੋਚ 'ਚ ਲੜ ਰਹੇ ਨੇ ਅੱਜ ਢੜੇ ਬੰਦੀਆਂ ਬਣੀਆਂ ਹੋਈਆਂ ਨੇ ਮੈਂ ਵੱਡਾ ਮੈਂ ਉਹ ਚੀਜ਼ਾਂ ਜਦ ਕਿ ਇਹਨਾਂ ਦੇ ਬਾਰੇ ਦੁਨੀਆ ਦੇ ਵਿੱਚ ਜੇ ਮੇਰੇ ਤੋਂ ਗੱਲ ਸੱਚ ਪੁੱਛੋ ਅੱਜ ਅਸੀਂ ਬੇਸ਼ੱਕ ਹਿੰਦੂ ਸਿੱਖ ਹੈਗੇ ਆਂ ਪਰ ਅਸਲ ਜੇ ਆਪਾਂ ਕਈੇ ਵੀ ਫੌਜ ਅੱਜ ਵੀ ਉਸੇ ਪਹਿਰਾਵੇ ਚ ਜਿਹੜੀ ਗੁਰੂ ਸਾਹਿਬ ਨੇ ਉਹ ਪਹਿਰਾਵਾ ਦਿੱਤਾ ਸੀ ਅੱਜ ਵੀ ਉਹਨੇ ਕਿਸੇ ਕਾਤੀ ਫੌਜ ਪਰ ਕਿਤੇ ਨਾ ਕਿਤੇ ਭਟਕ ਗਏ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਅਸਲ ਜਿਹੜੇ ਮੈਂ ਤਾਂ ਇਹਨਾਂ ਨੂੰ ਅਸਲ ਉਹ ਸਮਝਦਾ ਗੁਰੂ ਸਾਹਿਬ ਦੇ ਸਿੰਘ ਜਿਹੜੇ ਜਿਸ ਰੂਪ ਚ ਉਹਨਾਂ ਨੇ ਸਾਜੇ ਸੀ ਅੱਜ ਵੀ ਉਸ ਰੂਪ ਦੇ ਵਿੱਚ ਨੇ ਤੁਹਾਡੇ ਤੁਹਾਡੇ ਕਹਿੰਦਾ ਮਤਲਬ ਕਿ ਅੱਜ ਦੇ ਨਿਹੰਗ ਸਿੱਖ ਉਸ ਤਿੱਕਿਆਂ ਕੰਮ ਨਹੀਂ ਕਰ ਰਹੇ ਆਪਣਾ ਕਰਮ ਹੀ ਭੁੱਲ ਗਏ ਉਹ ਆਪਣਾ ਉਸ ਗੱਲ ਨੂੰ ਹੀ ਭੁੱਲ ਕੇ ਬਣਾਇਆ ਤਾਂ ਇਸ ਲਈ ਮਜ਼ਲੂਮਾਂ ਦੀ ਰਾਖੀ ਲਈ ਗਰੀਬਾ ਅੱਜ ਤੁਸੀਂ ਲੜਾਈ ਕਦੇ ਪਿੱਛੇ ਇੱਕ ਗੁਰਦੁਆਰਾ ਸਾਹਿਬ ਤੇ ਕਬਜ਼ੇ ਦੇ ਪਿੱਛੇ ਕਰ ਸੋ ਇਹ ਗੱਲ ਜਿਹੜੀ ਆ ਨਾ ਇਹ ਬੜੀ ਦੁਖਦਾਈ ਗੱਲ ਆ ਦੂਸਰੀ ਗੱਲ ਮੈਂ ਮੈਂ ਹਾਲਾਂਕਿ ਸਰਕਾਰ ਤੇ ਕੁਐਸਚਨ ਨਹੀਂ ਚਾਹਦਾ ਬੜੇ ਪਿਛਲੇ ਸਮਿਆਂ ਤੋਂ ਪੁਲਿਸ ਸ਼ਹੀਦੀਆਂ ਦਿੰਦੀ ਆ ਰਹੀ ਆ ਪਹਿਲਾਂ ਨਕਸਲਾਈ ਲਹਿਰ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਫਿਰ ਅਤਵਾਦ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਫਿਰ ਗੈਂਗਸਟਰਾਂ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਸੂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸ਼ਾਂਤੀ ਕਾਇਮ ਕਰ ਲਈ ਹਮੇਸ਼ਾ ਇੰਪਾਲਸ ਸਬਤਾਂ ਦੀਆਂ ਹੋਮਗਾਰਡ ਤੋਂ ਲੈ ਕੇ ਆਈਜੀ ਤੱਕ ਡੀਆਈਜੀ ਤੱਕ ਮਤਲਬ ਇਹਨਾਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਪਰ ਹਜੇ ਤੱਕ ਸਰਕਾਰਾਂ ਸਮਝ ਨਹੀਂ ਸਕੀਆਂ ਵੀ ਸਾਨੂੰ ਇਹ ਤਰ੍ਹਾਂ ਦੇ ਲਈ ਕੀ ਕਰਨਾ ਚਾਹੀਦਾ ਅੱਜ ਤੁਸੀਂ ਇੱਕ ਸਪਾਈ ਦੀ ਤਨਖਾਹ ਦੇਖ ਲਓ ਅੱਜ ਹੋਮਗਾਰਡ ਦੀ ਤਨਖਾਹ ਦੇ ਇੱਕ ਆਮ ਮਜ਼ਦੂਰ ਦੇ ਨਾਲੋਂ ਕਿਤੇ ਘੱਟ ਆ ਉਹਦੀ ਤਨਖਾਹ ਕਿੱਥੇ ਉਹ ਬੱਚੇ ਪਾਲੇਗਾ ਕਿੱਦਾਂ ਉਹ ਕਰੇਗਾ 24 ਘੰਟੇ ਦੀ ਡਿਊਟੀ ਆ ਉਹਦੀ ਜਦ ਕਿ ਮੈਨੂੰ ਪੰਜਾਬ ਦੇ ਵਿੱਚ ਇੱਕ ਵੀ ਮੁਲਾਜ਼ਮ ਦਿਖਾ ਦਿਓ ਜਿਹੜਾ 8 ਘੰਟੇ ਤੋਂ 9ਵਾਂ ਘੰਟਾ ਹੋਵੇ ਜਦ ਇਹ ਕਹਿੰਦਾ ਜੀ ਮੇਰਾ ਓਵਰ ਟਾਈਮ ਹੈ 8 ਘੰਟੇ ਦਿੰਦੇ ਨੇ ਔਰ ਇਹ ਵਿਚਾਰੇ 24 24 ਘੰਟੇ ਤੁਰੇ ਫਿਰ ਤੁਸੀਂ ਕਦੋਂ ਸੋਚੋਗੇ ਤੁਸੀਂ ਤਨਖਾਹ ਦੀ ਗੱਲ ਕੀਤੀ ਹੈ ਤਨਖਾਹ ਦੇ ਮਾਮਲੇ 'ਚ ਤੱਕ ਕੀ ਆ ਜਾਂਦਾ ਕਿ 35 ਤੋਂ 40 ਹਰਤਾ ਤਨਖਾਹ ਸਟਾਰਟਿੰਗ ਹੈ ਨਹੀਂ ਜੀ ਨਹੀਂ ਕਿੱਥੇ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ 18 18 20 2000 ਰੁਪਏ ਅੱਜ ਮੈਨੂੰ ਦਿਖਾਓ ਇੱਕ ਬੰਦੇ ਦੀ ਵੀ ਕਿਹੜੇ ਇਹ ਸਭ ਤੁਸੀਂ ਇਹ ਸ਼ਖੂਬੇ ਛੱਡ ਦਿਓ ਜੋ ਉਹਨਾਂ ਨੂੰ ਮਿਲਦਾ ਤੁਸੀਂ ਉਹ ਦੇਖੋ ਔਰ 24 24 ਘੰਟੇ ਉਹ ਮਰਦੇ ਫਿਰਦੇ ਨੇ ਤੁਸੀਂ ਆਮ ਕਿਸੇ ਮੈਂ ਕਿਸੇ ਮਹਿਕਮੇ ਨੂੰ ਕਿੰਤੂ ਪਰੰਤੂ ਨਹੀਂ ਕਰਦਾ ਪਰ ਤੁਸੀਂ ਆਮ ਕੋਈ ਵੀ ਦੇਖ ਲਓ ਮਰਾਜ਼ਮ ਉਹਨਾਂ ਦੀ 60 60 70 70 80-ਸੀ ਹਜ਼ਾਰ ਰੁਪਏ ਤਰ ਕਹਾ ਨੇ ਇਹਨਾਂ ਨੂੰ ਦੱਸੋ ਤੁਸੀਂ ਇਹ ਕਿੱਥੇ ਕਿਦਾਂ ਕਿਤੇ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਪਣ ਤੁਸੀਂ ਕਿੱਥੇ ਉਹਨਾਂ ਨੂੰ ਇਕੁਪਮੈਂਟ ਦੇ ਰਹੇ ਹੋ ਜੇ ਤੁਸੀਂ ਉਹ ਫੌਜ ਲੈ ਕੇ ਗਏ ਹੋ ਪੁਲਿਸ ਗਈ ਹੈ ਕਿਉਂ ਨਹੀਂ ਉਹਨਾਂ ਨੂੰ ਬਾਡੀ ਪ੍ਰੋਟੈਕਟਰ ਦਿੱਤੇ ਤੁਸੀਂ ਕਿਉਂ ਨਹੀਂ ਬੁਲਟ ਪ੍ਰੂਫ ਕੱਟੀਆਂ ਦਿੱਤੀਆਂ ਕਿਉਂ ਨਹੀਂ ਪਹਿਲਾਂ ਤੁਸੀਂ ਉਹਦੀ ਐਂਟੀਸੀਪੇਸ਼ਨ ਕੀਤੀ ਵੀ ਅੰਦਰ ਕੌਣ ਹੈਗਾ ਕੌਣ ਨਹੀਂ ਕਿਉਂ ਨਹੀਂ ਤੁਸੀਂ ਆਪਣੇ ਏਜੰਸੀਆਂ ਨੂੰ ਯੂਜ਼ ਕੀਤਾ ਤੁਹਾਡੀਆਂ ਏਜੰਸੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਅੰਦਰੋਂ ਆ ਕੇ ਤੁਹਾਨੂੰ ਦੱਸਦੀਆਂ ਸੜੀ ਏਜੰਸੀਆਂ ਕੰਮ ਕਰਦੀਆਂ ਨੇ ਉਹ ਤੁਹਾਨੂੰ ਦੱਸਦੀਆਂ ਵੀ ਅੰਦਰ ਆ ਕੁਛ ਹੈ ਜੀ ਆਹ ਗੱਲਬਾਤ ਚੱਲ ਰਹੀ ਆ ਗੋਲੀ ਚੱਲ ਸਕਦੀ ਆ ਆ ਕੁਛ ਹੋ ਸਕਦਾ ਸੋ ਕਿਤਨਾ ਕਿਤੇ ਇਹ ਚੀਜ਼ਾਂ ਦੇ ਵਿੱਚ ਬਹੁਤ ਬਹੁਤ ਸਰ ਕੁਲ ਮਿਲਾ ਕੇ ਫਿਰ ਪੁਲਿਸ ਦਾ ਕੋਈ ਕੰਮ ਨਹੀਂ ਆ ਸਰ ਪੁਲਿਸ ਇਸ ਏਦਾਂ ਦੇ ਮਾਹੌਲ ਨੂੰ ਫਿਰ ਮੈਂ ਕਿ ਸਟਾਰਟਿੰਗ ਦੇ ਵਿੱਚ ਨਹੀਂ ਹੈਂਡਲ ਕਰ ਸਕਦੀ ਪਹਿਲਾਂ ਪ੍ਰਸ਼ਾਸਨ ਨੂੰ ਹੀ ਅਗਿਆਨਾ ਪੈਊਗਾ ਅੱਜ ਤੱਕ ਪੁਲਿਸ ਹੀ ਹੈਂਡਲ ਕਰਦੀ ਆ ਕਰਦੀ ਆਈ ਆ ਇਹੀ ਇੱਕ ਗਲਤ ਰਵੈਤ ਪਈ ਹੋਈ ਹੈ ਕਿਸੇ ਵੀ ਕੰਮ ਨੂੰ ਅਗਰ ਤੁਸੀਂ ਹੈਂਡਲ ਕਰਨਾ ਤੁਸੀਂ ਜਿਹੜੀ ਜਿਹੜੀ ਜੋ ਯੋਗ ਅਥਾਰਟੀ ਹੈ ਵਾਈ ਯੂ ਆਰ ਨਾਟ ਯੂジング ਥੈਮ ਤੁਸੀਂ ਪੁਲਿਸ ਨੂੰ ਮੈਂ ਕਦੋਂ ਕਹਣਾ ਪੁਲਿਸ ਤਾਂ ਹਮੇਸ਼ਾ ਹੀ ਘੜੀ ਤੁਹਾਡੇ ਤੇ ਪੁਲਿਸ ਨੂੰ ਤਾਂ ਜਦੋਂ ਤੁਸੀਂ ਕਹਦੇਗਾ ਡੀਸੀ ਹੁਕਮ ਦੇ ਦੇਗਾ ਜੀ ਉਹਨਾਂ ਕਰੋ ਜੀ ਤਾਂ ਪੁਲਿਸ ਨੇ ਤਾਂ ਜਦੇ ਚੱਲ ਪਣਾ ਪਰ ਤੁਸੀਂ ਪਹਿਲਾਂ ਜਿਹੜੇ ਮੈਥਡ ਜਿਹੜੇ ਯੂਜ਼ ਕੀਤੇ ਜਾਂਦੇ ਜਿਹੜਾ ਇਹਨੂੰ ਅਵੋਇਡ ਕਰਨ ਲਈ ਕੀਤਾ ਜਾਂਦਾ ਵਾਈ ਯੂ ਆਰ ਨਾਟ ਯੂジング ਥੈਮ ਤੁਹਾਨੂੰ ਯੂਜ਼ ਕਰਨੇ ਚਾਹੀਦੇ ਪਹਿਲਾਂ ਹਰ ਉਹ ਤਰੀਕਾ ਵਰਤਣਾ ਚਾਹੀਦਾ ਵੀ ਜਿਹੜਾ ਪੰਜਾਬ ਦੇ ਹਾਲਾਤ ਖਰਾਬ ਨਾ ਹੋਣ ਤੁਹਾਨੂੰ ਤਰੀਕਾ ਪੁਲਿਸ ਤਾਂ ਗਈ ਫਿਰ ਪੁਲਿਸ ਨੂੰ ਦੇ ਕੇ ਉਹ ਤੁਸੀਂ ਦੇਖੋ ਕੀ ਮਾਹੌਲ ਖਰਾਬ ਹੋ ਗਿਆ ਤਾਂ ਪੁਲਿਸ ਨੂੰ ਹੀ ਬੁਲਾਇਆ ਜਾਊਗਾ ਨਾ ਸਰ ਉੱਥੇ ਮਾਹੌਲ ਖਰਾਬ ਹੋ ਰਿਹਾ ਸੀਗਾ ਉੱਥੇ ਏਰੀਆ ਦੇ ਵਿੱਚ ਤਣਾਅਪੂਰਨ ਸਥਿਤੀ ਬਣ ਚੁੱਕੀ ਸੀ ਤਾਂ ਹੀ ਪੁਲਿਸ ਨੂੰ ਇਨਵੋਲਵ ਕੀਤਾ ਗਿਆ ਹੈ ਨਾ ਔਰ ਜੇਕਰ ਉਸ ਮਾਹੌਲ ਦੇ ਵਿੱਚ ਇੱਕ ਮੁਲਾਜ਼ਮ ਦੇ ਗੋਲੀ ਲੱਗ ਗਈ ਔਰ ਸ਼ਹੀਦ ਹੋ ਗਿਆ ਤਾਂ ਇਹਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿੱਥੇ ਕਸੂਰ ਦਸ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ ਵੀ ਪੁਲਿਸ ਮੈਂ ਤਾਂ ਕਹਿੰਨਾ ਪੁਲਿਸ ਅਸੀਂ ਜਾਂਦੇ ਰਹੇ ਹੁੰਦੀਆਂ ਰਹੀਆਂ ਮੁਕਾਬਲੇ ਹੁੰਦੇ ਰਹੇ ਨੇ ਗੋਲੀਆਂ ਖਾਂਦੇ ਰਹੇ ਹਾਂ ਕਿੰਨੇ ਨਹੀਂ ਖਾਤੀ ਕੁੜੀ ਖਾਂਦੇ ਰਹੇ ਲੇਕਿਨ ਜਿੱਦਾਂ ਇਹਨਾਂ ਨੂੰ ਯੂਜ਼ ਕਰਨਾ ਕਿ ਐਮਐਲਏ ਉੱਥੇ ਕਿੱਥੇ ਸੀ ਉਹ ਕਿਉਂ ਨਹੀਂ ਉਹਨੇ ਆਪਣੇ ਅਧਿਕਾਰ ਵਰਤੇ ਕਿ ਮੈਂ ਇਸ ਇਲਾਕੇ ਦਾ ਐਮਐਲਏ ਆ ਮੇਰੇ ਏਰੀਏ ਦਾ ਗੁਰਦੁਆਰਾ ਸਾਹਿਬ ਆ ਮੈਂ ਉੱਥੇ ਜਾਵਾਂ ਉਹਨਾਂ ਨੂੰ ਪੁੱਛਾਂ ਵੀ ਕੀ ਪ੍ਰੋਬਲਮ ਮੰਤਰੀ ਕਿੱਥੇ ਸੀ ਮੰਤਰੀ ਨੂੰ ਚਾਹੀਦਾ ਸੀ ਵੀ ਉਸ ਉਹ ਸਾਰੀ ਇਨਫੋਰਮੇਸ਼ਨ ਸੀਐਮ ਸਾਹਿਬ ਨੂੰ ਦਿੰਦੇ ਸੀਐਮ ਸਾਹਿਬ ਅਗਰ ਕਹਿੰਦੇ ਵੀ ਨਹੀਂ ਇਹ ਹੁਣ ਹਾਲਾਤ ਆਪਣੇ ਕਾਬੂ ਤੋਂ ਬਾਹਰ ਨੇ ਭਾਈ ਹੁਣ ਤੁਸੀਂ ਗੋਲੀ ਤੁਸੀਂ ਜਾਓ ਔਰ ਕਰ ਫਿਰ ਵੀ ਪੁਲਿਸ ਨੇ ਗੋਲੀ ਨਹੀਂ ਚਲੀ ਝੂਠ ਬੋਲ ਰਹੇ ਸੀ ਅੱਜ ਵੀ ਮੈਂ ਸੁਣ ਰਿਹਾ ਸੀ ਸਾਰਾ ਕੁਝ ਸਾਰਾ ਝੂਠ ਬੋਲ ਰਹੇ ਸੀ ਕਿਦਾਂ ਕੋਈ ਅਫਸਰ ਕਹੇਗਾ ਵੀ ਅੱਜ ਰਾਤੀ ਤੁਹਾਨੂੰ ਦਿਖਾ ਦਾਂਗੇ ਜਲਵਾ ਕੋਈ ਬੇਵਕੂਫ ਹੈ ਕੋਈ ਪੁਲਿਸ ਅਫਸਰ ਜਿਹੜਾ ਇਹ ਗੱਲ ਕਹੇਗਾ ਸੋ ਅੱਜ ਝੂਠ ਬੋਲਿਆ ਜਾ ਰਿਹਾ ਦੋਨਾਂ ਪਾਸੇ ਤੋਂ ਪੁਲਿਸ ਨੂੰ ਜਿਹੜੀ ਹੈ ਸਰਕਾਰ ਨੂੰ ਸ਼ਕਤੀ ਕਰਨੀ ਪੈਣੀ ਆ ਐਦਾਂ ਅੱਜ ਤੋਂ ਕੋਈ ਥਾਣੇਦਾਰ ਤੁਰਿਆ ਜਾ ਰਿਹਾ ਸਕੂਟਰ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਰਿਟਾਇਰਡ ਥਾਣੇਦਾਰ ਆ ਉਹਦੀ ਘਰ ਵਾਲੀ ਤੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਅੱਜ ਤੁਸੀਂ ਦੇਖੋ ਤਾਂ ਸਹੀ ਵੀ ਕਿੱਥੇ ਅੱਜ ਸੇਫ ਕੌਣ ਹੈ ਕਿਹੜੀ ਜਗ੍ਹਾ ਤੇ ਐ ਤੁਸੀਂ ਸਰਕਾਰ ਅੱਜ ਤੁਸੀਂ ਗਨਮਨ ਦੇਖ ਲੋ ਸਰਕਾਰ ਦੇ ਕਿੰਨੇ ਨਮਾਇੰਦ ਗਲੀਆਂ ਚ ਦੰਦ ਨਾਉਂਦੇ ਫਿਰਦੇ ਨੇ ਗਨਮਨ ਲਈ ਫਿਰਦੇ ਨੇ ਮੈਨੂੰ ਇੱਕ ਵੀ ਪੁਲਿਸ ਅਫਸਰ ਦੱਸ ਦੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸ਼ਾਂਤੀ ਲਿਆਂਦੀ ਆ ਮਿੰਤਾ ਕਰ ਕਰ ਮਰ ਕੇ ਮੰਗ ਮੰਗ ਕੇ ਕਿਸੇ ਨੂੰ ਇੱਕ ਵੀ ਗਨਮਨ ਦਿੱਤਾ ਹੋਵੇ ਸ਼ਾਤਾਂ ਤੇ ਜਾਂਦੇ ਨੇ ਤਰੀਕਾ ਤੇ ਜਾਂਦੇ ਨੇ ਲੋਕ ਲੋਕੇ ਤਰੀਕਾ ਤੇ ਆਪਣੀਆਂ ਉਹ ਕਰਦੇ ਨੇ ਜਦੋਂ ਵੀ ਕੋਈ ਮੈਨੂੰ ਦੇਖਦਾ ਤਾਂ ਨਹੀਂ ਰਿਹਾ ਮੈਨੂੰ ਕੋਈ ਉਹ ਨਹੀਂ ਕਿਉਂਕਿ ਤੁਸੀਂ ਜਿਹਦੇ ਖਿਲਾਫ ਤੁਸੀਂ ਛਾਤ ਦੇ ਰਹੇ ਹੋ ਜਿਹਦੇ ਖਿਲਾਫ ਤੁਸੀਂ ਤਰੀਕ ਤੇ ਜਾ ਰਹੇ ਹੋ ਉਹਨੂੰ ਤੁਸੀਂ ਅਰੈਸਟ ਕੀਤਾ ਉਹਨੂੰ ਪੜਿਆ ਕੋਈ ਮੁਕਾਬਲਾ ਹੋਇਆ ਕੁਝ ਉਹ ਤਾਂ ਬਦਲਾ ਲੈਣ ਦੀ ਤੋਰ ਹੀ ਪੜਤੇ ਨੇ ਪਰ ਕਿਤਨੇ ਕਿਤੇ ਤੁਸੀਂ ਉਹ ਦੇਖੋ ਅਜੇ ਤੁਸੀਂ ਕਿਹਨਾਂ ਨੂੰ ਗਨਮਨ ਦੇ ਰਹੇ ਹੋ ਜਿਹੜੇ ਵਿਆਹਾਂ ਸ਼ਾਦੀਆਂ ਤੇ ਜਾ ਕੇ ਆਪਣੇ ਆਪ ਦੀ ਟੌਰ ਜਮਾ ਰਹੇ ਨੇ ਤੁਸੀਂ ਵੈਰੀਫਾਈ ਕਰੋ ਵੀ ਕੀ ਉਹਨਾਂ ਨੂੰ ਲੋੜ ਹੈ ਕੀ ਕਿ ਨਹੀਂ ਹੈਗੀ ਦੰਦ ਨਾ ਰਹੇ ਨੇ ਦਿੱਤੇ ਜਾ ਰਹੇ ਨੇ ਗਨਮਨ ਮੜ ਜਾ ਕੋਈ ਕਹਿੰਦਾ ਜੀ ਇਹਨੂੰ ਦੇ ਦੋ ਜੀ ਅਰੇ ਮੈਨੂੰ ਦੱਸੋ ਤੁਸੀਂ ਅੱਜ ਜਿਹੜਾ ਪ੍ਰਸ਼ਾਸਨ ਦੇ ਵਿੱਚ ਮੈਂ ਕਿਸੇ ਦੀ ਕੋਈ ਉਹ ਨਹੀਂ ਨਖੇਦੀ ਨਹੀਂ ਕਰਦਾ ਅੱਜ ਮੈਨੂੰ ਇਨਸਾਫ ਦੱਸੋ ਤੁਸੀਂ ਕਿੱਥੇ ਅੱਜ ਡੀਐਸਪੀ ਐਸਐਚਓ ਪਹਿਲਾਂ ਕਹਿੰਦਾ ਜੀ ਪਹਿਲਾਂ ਮੈਨੂੰ ਉਥੋਂ ਫੋਨ ਕਰਾਓ ਜੀ ਮੈਨੂੰ ਇਲਾਕੇ ਵਾਲੇ ਤੋਂ ਫੋਨ ਕਰਾਓ ਜੀ ਮੈਨੂੰ ਪ੍ਰਧਾਨ ਤੋਂ ਫੋਨ ਕਰਾਓ ਜੀ ਮੈਨੂੰ ਐਮਐਲਏ ਤੋਂ ਇਹ ਚੀਜ਼ਾਂ ਸੀ ਪਹਿਲਾਂ ਤਾਂ ਦੇਖਿਆ ਨਹੀਂ ਪਹਿਲਾਂ ਦੇਖਿਆ ਹੀ ਨਹੀਂ ਸੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਣਾ ਇੱਕ ਬੰਦਾ ਵੀ ਅਕਾਲੀ ਬੀਜੇਪੀ ਕਾਂਗਰਸ ਦਾ ਇੱਕ ਬੰਦਾ ਵੀ ਥਾਣੇ 'ਚ ਜਾ ਕੇ ਦਿਖਾ ਦੇਵੇ ਵੀ ਮੈਂ ਥਾਣੇ 'ਚ ਆਇਆ ਜੀ ਐਸਐਚਓ ਕੋਲ ਵੀ ਆਹ ਫਲਾਣਾ ਗਰੀਬ ਦਾ ਕੰਮ ਆ ਕਰਦੇ ਜੇ ਘੰਟੇ ਬਾਅਦ ਉਹ ਥਾਣੇ ਦਾ ਐਸਐਚਓ ਬਦਲਣਾ ਤੇ। ਇਦਾਂ ਦੇ ਤਾਂ ਹਾਲਾਤ ਨੇ ਇਹ ਕਿਤੇ ਨਾ ਕਿਤੇ ਸੀਐਮ ਸਾਹਿਬ ਨੂੰ ਕੇਜਰੀਵਾਲ ਜੀ ਨੂੰ ਆ ਕੇ ਦੇਖਣਾ ਪੈਣਾ ਜਾਂ ਜਿਹੜੇ ਉਹਨਾਂ ਦੇ ਦੋ ਜਿਹੜੇ ਆ ਕਿ ਨੇ ਚੱਟਾ ਸਾਹਿਬ ਨੇ ਉਧਰ ਪਾਟਕ ਜੀ ਨੇ ਉਹਨਾਂ ਨੂੰ ਫੀਡਬੈਕ ਆਪਣਿਆਂ ਤੋਂ ਨਾ ਲੈਣ ਉਹ ਆਉਂਦੇ ਨੇ ਆਪਣਿਆਂ ਤੋਂ ਫੀਡਬੈਕ ਲੈਂਦੇ ਮੁੜ ਜਾਂਦੇ। ਤੁਸੀਂ ਫੀਡਬੈਕ ਲੈਣੀ ਆ ਤਾਂ ਮਹਾਰਾਜਾ ਰਣਜੀਤ ਸਿੰਘ ਵਾਂਗੂ ਘੁੰਮ ਕੇ ਰਵੋ ਲੋਕਾਂ ਤੋਂ ਲਵੋ ਫੀਡਬੈਕ ਵੀ ਸਾਡੀ ਸਰਕਾਰ ਦੇ ਬਾਰੇ ਇਹਨਾਂ ਉਹ ਵੀ ਜਦੋਂ ਤੁਸੀਂ ਹਾਲਾਤ ਇਦਾਂ ਦੇ ਬਣ ਜਾਣ ਜਿਹੜੇ ਤੁਹਾਡੇ ਹੱਥਾਂ ਚੋਂ ਨਿਕਲ ਜਾਣ ਬਿਲਕੁਲ ਮਿਲਾ ਕੇ ਤੁਹਾਡੇ ਕਹਿੰਦਾ ਮਤਲਬ ਕਿ ਪੁਲਿਸ ਨੂੰ ਆਜ਼ਾਦੀ ਨਹੀਂ ਹੈ ਕੰਮ ਕਰਨ ਦੀ ਕੋਈ ਆਜ਼ਾਦੀ ਨਹੀਂ ਤੁਸੀਂ ਕੱਲ ਪਰਸੋਂ ਇੱਕ ਕਮਿਸ਼ਨਰ ਬਦਲਿਆ ਲੁਧਿਆਣੇ ਦਾ ਉਹਦਾ ਤੁਸੀਂ ਸੁਣਿਆ ਇੰਟਰਵਿਊ ਵੀ ਕੋਈ ਕਹਿੰਦਾ ਮੈਂ ਬਦਲਾਤਾ ਕੋਈ ਕਹਿੰਦਾ ਮੈਂ ਕਿੱਦਾਂ ਕਿਸੇ ਦੀ ਜ਼ਰਤ ਪੈ ਜੇ ਕੋਈ ਇਹ ਗੱਲ ਕਹੇ ਅਗਰ ਕੋਈ ਇਨਸਾਫ ਹੈ ਅਗਰ ਕੋਈ ਪ੍ਰਸ਼ਾਸਨਿਕ ਟ੍ਰਾਂਸਫਰਾਂ ਹੁੰਦੀਆਂ ਨੇ ਕਰਦੇ ਨੇ ਪਰ ਜੇ ਇਹ ਬੰਦੇ ਇਹ ਕਹਿਣ ਜੀ ਅਸੀਂ ਬਦਲਾਤਾ ਅਸੀਂ ਬਦਲਾਤਾ ਤਾਂ ਕਿੱਥੇ ਗਿਆ ਮਰਾਲਪੁਰ ਗੁਰਬੀਤ ਸਿੰਘ ਚੋਹਾਨ ਆਇਆ ਸੀ ਉਹਨਾਂ ਦੇ ਨਾਲ ਕੰਮ ਕੀਤਾ ਐਸਾ ਪੁਲਿਸ ਅਫਸਰ ਤੁਹਾਨੂੰ ਕਦੇ ਪੰਜਾਬ ਸਾਰੇ ਚਿਰ ਨਹੀਂ ਮਿਲ ਸਕਦਾ ਜਿਨੇ ਅੱਤਵਾਦ ਨੂੰ ਠੱਲ ਪਾਈ ਜਿਨੇ ਨਸ਼ਿਆਂ ਦੇ ਖਿਲਾਫ ਇੰਨੀ ਕਾਰਵਾਈ ਕੀਤੀ ਔਰ ਦਿਨ ਰਾਤ ਉਹਨੇ ਆਪਣੇ ਉਹ ਦੁਸ਼ਮਣੀਆਂ ਪਾਈਆਂ ਤੁਸੀਂ ਦੇਖੋ ਇੱਕ ਦੋ ਐਮਐਲਏ ਦੇ ਕਹਿਦੇ ਉੱਤੇ ਤੁਸੀਂ ਉਹਨੂੰ ਜਲੀਲ ਕਰ ਦਿੱਤਾ ਤੁਸੀਂ ਉਹਨੂੰ ਵੀ ਸੁਣੋ ਉਹਦੀ ਗੱਲਬਾਤ ਵੀ ਸੁਣੋ ਬਈ ਦੱਸੋ ਜੀ ਕੀ ਗੱਲ ਤੁਸੀਂ ਅਸਲੀਅਤ ਵੱਲ ਜਾਓ ਤੁਸੀਂ ਸੀਐਮ ਸਾਹਿਬ ਨੂੰ ਚਾਹੀਦਾ ਸੀ ਆਪਣੀ ਆਪਣੀ ਜਿਹੜੀ ਇਨਵੈਸਟੀਗੇਸ਼ਨ ਟੀਮ ਆਪਣੀ ਭੇਜਦਾ ਆਪਣੇ ਪੁਲਿਸ ਅਫਸਰਾਂ ਨੂੰ ਜਿਹੜੇ ਉਹਨਾਂ ਦੇ ਟਰਸਟੀ ਪੁਲਿਸ ਅਫਸਰ ਸੀ ਉਹਨਾਂ ਨੂੰ ਭੇਜਦਾ ਵੀ ਮੈਨੂੰ ਸੱਚਾਈ ਗੱਲ ਦੱਸੋ ਸੱਚਾਈ ਪਤਾ ਲੱਗਦੀ ਜੇ ਉਹਨਾਂ ਨੂੰ ਸੱਚਾਈ ਪਤਾ ਲੱਗ ਜਾਂਦੀ ਤਾਂ ਗੁਰਮੀਤ ਸਿੰਘ ਚੋਹਾਨ ਨੂੰ ਆਪ ਛੱਡਣ ਜਾਂਦੇ ਬਈ ਚਲੋ ਤੂੰ ਉੱਥੇ ਚੱਲ ਕੇ ਐਸਐਸਪੀ ਤੱਕ ਔਰ ਉਹਦੇ ਨਾਲ ਸੀਐਮ ਸਾਹਿਬ ਦਾ ਕਦ ਕਿਤੇ ਉੱਚਾ ਹੋ ਜਾਣਾ ਸੀ ਵੀ ਨਹੀਂ ਇਹਨਾਂ ਨੇ ਇਨਸਾਫ ਦਿੱਤਾ ਲੋਕ ਦੁਖੀ ਨੇ ਕੀ ਕਰੀਏ ਹੁਣ ਅਸੀਂ ਜਾਣਾਂ ਹੁੰਦਾ ਕਿਤੇ ਤਰੀਕ ਤੇ ਜਾਣਾਂ ਹੁੰਦਾ ਅਸੀਂ 2 ਦਿਨ ਪਹਿਲਾਂ ਕਿਸੇ ਨਾ ਕਿਸੇ 2 ਬੰਦਿਆਂ ਨੂੰ ਟਕਾਈਦਾ ਯਾਰਾ ਪੁਰਾਣੇ ਰਿਟਾਇਰਡ ਪੁਲਿਸ ਅਫਸਰਾਂ ਨੂੰ ਲੱਭੀਦਾ ਯਾਰਾ ਜਾਣਾ ਅੰਮ੍ਰਿਤਸਰ ਸਾਡੇ ਨਾਲ ਚੱਲੇ ਅਸੀਂ ਉੱਥੇ ਸੀਆਈਏ ਚ ਕੰਮ ਕੀਤਾ ਮੈਂ ਮਹਿਤਾ ਚੌਕ ਦਾ ਐਸਐਚਓ ਰਿਆਂ ਤਾਂ ਸਾਨੂੰ ਪਤਾ ਤਰੀਕਾ ਤਾਂ ਜਾਣ ਲਈ ਸਾਨੂੰ ਕਿੰਦੀਆਂ ਪਾਪੜ ਵੇ ਲੈਣੇ ਪੈਂਦੇ ਨੇ ਗੱਡੀ ਦੇ ਉੱਤੇ ਕਦੇ ਕਿੱਦਾਂ ਸਾਈਡ ਤੇ ਕਦੇ ਪਿਛਲੀ ਵਾਰੀ ਕਿਹੜੀ ਨੈਮ ਪਲੇਟ ਕਿਹੜੀ ਨਾਲ ਗੱਡੀ ਦੇ ਨੰਬਰ ਤੇ ਗਏ ਆ ਦੂਜੀ ਦੁਬਾਰਾ ਹੋਰ ਗੱਡੀ ਔਰ ਸਾਨੂੰ ਰਿਟਾਇਰਡ ਮੁਲਾਜ਼ਮ ਜਿਹੜੇ ਨਾਲ ਲੈਣੇ ਪੈਂਦੇ ਵੀ ਆਓ ਯਾਰ ਮੇਰੇ ਨਾਲ ਚੱਲੋ ਵੀ ਤੁਹਾਨੂੰ ਰੋਟ ਰੋਟੀ ਖਵਾਵਾਂਗੇ ਤੁਹਾਨੂੰ ਉਹ ਕਰਾਂ ਇਦਾਂ ਤੇ ਤਲਾਤ ਸਚਾਈ ਜਾਣੇ ਸਰਕਾਰ ਜਿੰਨੀ ਦੇਰ ਸਚਾਈ ਨੂੰ ਨੂੰ ਨਾ ਸਮਝੂਗੀ ਤੁਸੀਂ ਉਦਾਂ ਕਹੀ ਦਿਓ ਮੈਨੂੰ ਤਾਂ ਕੋਈ ਗੱਲ ਨਹੀਂ ਇਸ ਗੱਲ ਦਾ ਕਿਸੇ ਨੂੰ ਵੀ ਕੋਈ ਫਰਕ ਨਹੀਂ 2 ਸਾਲ ਤੁਹਾਡੇ ਲੰਘ ਗਏ ਹੋਰ ਤੁਸੀਂ ਜਿੰਨਾ ਮਰਜ਼ੀ ਕਰੀ ਜੋ ਪਰ ਜੇ ਤੁਸੀਂ ਸੱਚਾਈ ਨੂੰ ਸਮਝ ਜਾਓਗੇ ਨਾ ਤਾਂ ਜਿਹੜੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਨਾ ਤਾਂ ਉਹ ਲੋਕ ਇਹ ਗੱਲ ਕਹਿਣਗੇ ਵੀ ਅਸੀਂ ਚੰਗਾ ਕੀਤਾ ਅਸੀਂ ਸਹੀ ਟੀਮ ਚੁਣੀ ਸਹੀ ਲੋਕ ਚੁਣੇ ਪਰ ਜੇ ਤੁਸੀਂ ਐਦਾਂ ਦਾ ਮਾਹੌਲ ਰੱਖਿਆ ਤਾਂ ਲੋਕ ਜਿਹੜੇ ਤੁਹਾਨੂੰ ਜਾਦਾ ਸਭਾ ਚੱਲਣ ਨਹੀਂ ਦੇ ਰਿਹਾ ਬਿਲਕੁਲ ਏਸੀ ਕਿ ਸਾਡੇ ਨਾਲ ਰਿਟਾਇਰਡ ਪੁਲਿਸ ਆਫੀਸਰ ਸਟੇਸ਼ਨ ਹੋਤਾ ਜਿਨ੍ਹਾਂ ਨੇ तमाम ਮੁੱਦਿਆਂ ਬਾਰੇ ਗੱਲ ਕੀਤੀ ਔਰ ਬੀਤੀ ਰਾਤ ਜਿਹੜਾ ਮਾਹੌਲ ਬਣਿਆ ਸੀਗਾ スルतारपुर लोदी ਦੇ ਵਿੱਚ ਉਸ ਦੇ ਬਾਰੇ ਵੀ ਦੱਸਿਆ ਗਿਆ ਕਿ ਅਗਰ ਉਸ ਜਗ੍ਹਾ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਪਹਿਲੇ ਪਹਿਲ ਇਨਵੋਲ ਹੁੰਦੇ ਤਾਂ ਇਸ ਮਾਹੌਲ ਨੂੰ ਨਹੀਂ ਬਨੰਦ ਦਿੱਤਾ ਜਾ ਸਕਦਾ ਸੀ ਉੱਚ ਪੁਲਿਸ ਨੂੰ ਪਹਿਲੇ ਪਹਿਲ ਦੇ ਉੱਤੇ ਹੀ ਇਨਵੋਲ ਕਰ ਲਿੱਤਾ ਗਿਆ ਜਦਕਿ ਪੁਲਿਸ ਨੂੰ ਉਸ ਤੋਂ ਬਾਅਦ ਕਰਨਾ ਚਾਹੀਦਾ ਸੀ ਔਰ ਔਰ ਕਈ ਹੋਰ ਮੁੱਦਿਆਂ ਉੱਤੇ ਵੀ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਜਿਨ੍ਹਾਂ ਉੱਤੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਸੋਚਣ ਦੀ ਜ਼ਰੂਰਤ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਾਂ ਸਰਕਾਰ ਕਦ ਤਾਈ ਇਹਨਾਂ ਮੁੱਦਿਆਂ ਉੱਤੇ ਸੋਚਦੀ ਹੈ ਨਿਦਾਨਤ ਰੋਹਿਤਗੜ ਨਿਊਜ਼ 18